ਜਾਵਿਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਦਾ ਐਲਾਨ ਕੀਤਾ ਗਿਆ ਤੇ ਇਸ ਯੋਜਨਾ ਦੇ ਤਹਿਤ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਮਿਲੇਗਾ। ਪੰਜਾਬ ਦੀ ਅਮਰਿੰਦਰ ਸਰਕਾਰ ਨੇ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ 'ਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਦਾ ਐਲਾਨ ਕੀਤਾ ਗਿਆ। ਇਸ ਯੋਜਨਾ ਦਾ ਲਾਹਾ 10ਵੀਂ ਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ। ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਦੇ ਅੰਕ 60 ਤੋਂ 70 ਫੀਸਦ ਤੱਕ ਨੇ, ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜ ਵਿੱਚ ਉਹਨਾਂ ਦੀ 70 ਫੀਸਦ ਫੀਸ ਮਾਫ਼ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੇ ਅੰਕ 70 ਤੋਂ 80 ਫੀਸਦ ਤੱਕ ਨੇ, ਉਹਨਾਂ ਦੀ 80 ਫੀਸਦ ਤੱਕ ਫੀਸ ਮਾਫ਼ ਹੋਵੇਗੀ। ਜਿਨ੍ਹਾਂ ਦੇ 80 ਤੋਂ 90 ਫੀਸਦ ਤੱਕ ਨੰਬਰ ਆਏ ਨੇ, ਉਹਨਾਂ ਦੀ 90 ਫੀਸਦ ਤੱਕ ਫੀਸ ਮਾਫ਼ ਹੋਏਗੀ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ 90 ਤੋਂ 100 ਫੀਸਦ ਤੱਕ ਅੰਕ ਹਾਸਲ ਕੀਤੇ ਨੇ, ਉਹਨਾਂ ਨੂੰ 100 ਫੀਸਦ ਫੀਸ ਮਾਫ਼ੀ ਦਾ ਫਾਇਦਾ ਮਿਲੇਗਾ। ਅਜੇ ਤੱਕ ਪਿਛਲੀ ਸਰਕਾਰ ਨੇ ਇਸ ਬਾਰੇ ਸੋਚਿਆ ਨਹੀਂ। 50% ਜਿਹੜੇ ਟੀਚਰਾਂ ਦੀਆਂ ਪੋਸਟਾਂ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਖਾਲੀ ਪਈਆਂ ਸੀ, ਉਹਨਾਂ ਨੂੰ ਅਸੀਂ ਹੁਣੇ PPSC ਨੂੰ ਕਹਿ ਕੇ ਲਗਾਤਾਰ ਤੇਜ਼ੀ ਨਾਲ ਭਰਤੀ ਸ਼ੁਰੂ ਕਰਾਈ ਹੈ। ਚੰਨੀ ਮੁਤਾਬਕ ਬੱਚਿਆਂ ਨੂੰ ਐਡਮਿਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ। ਪੰਜਾਬ 'ਚ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਦੀਆਂ ਕਾਫੀ ਸੀਟਾਂ ਨੇ। ਚੰਨੀ ਨੇ ਕਿਹਾ ਕਿ ਤਕਨੀਕੀ ਕਾਲਜ ਵਿੱਚ 5400 ਅਤੇ 2 ਡਿਗਰੀ ਕਾਲਜ ਦੇ ਵਿੱਚ 2000 ਸੀਟਾਂ ਨੇ। ਸਾਡੇ ਪਾਸ ਪੋਲੀਟੈਕਨਿਕ ਕਾਲਜਾਂ ਦੇ ਵਿੱਚ ਲਗਭਗ 5400 ਸੀਟਾਂ ਹੈ ਅਤੇ 2000 ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਹੈ ਅਤੇ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਦੋਨੋਂ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਦੀ ਇਨਟੇਕ ਹੈ। ਇਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਵੱਡਾ ਲਾਭ ਅਸੀਂ ਦੇਣ ਜਾ ਰਹੇ ਹਾਂ। ਪੰਜਾਬ ਸਰਕਾਰ ਦੀ ਇਸ ਸਕੀਮ ਦਾ ਮਕਸਦ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਪ੍ਰੋਤਸਾਹਿਤ ਕਰਨਾ ਹੈ। ਸਰਕਾਰ ਮੁਤਾਬਕ ਵਿਦਿਆਰਥੀਆਂ ਦੇ ਲਈ ਫੰਡਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।